ਸੋ ਸ਼ਿਗਲ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਇੱਕ ਵਾਰੀ ਫਿਰ ਹਾਜ਼ਰ ਹੋਇਆ ਲੈ ਕੇ ਇੱਕ ਹੋਰ ਨਵੀਂ ਵੀਡੀਓ ਸੋ ਅੱਜ ਇੱਕ ਹੋਰ ਸਿਵਿਲিয়ান ਬੁਲਟ ਜਿਹੜਾ ਹੈਗਾ ਆ ਰੈਡੀ ਕੀਤਾ ਹੈ ਡਿਟੇਲਸ ਇਸ ਦੀਆਂ ਸ਼ੇਅਰ ਕਰਾਂ ਤਾਂ 2004 ਮਾਡਲ ਹੈ ਅ ਜਿਸ ਦਾ ਇਸ ਦੇ ਵਿੱਚ ਇਹਦੀ ਇੱਕ ਖਾਸ ਗੱਲ ਦੱਸਣਾ ਕਿ ਇਸ ਦੇ ਵਿੱਚ ਜਿਹੜਾ 02 ਵਾਲਵ ਨਹੀਂ ਆਂਦਾ ਸੀਗਾ 02 ਵਾਲਵ ਇੱਥੇ ਲੱਗਾ ਹੁੰਦਾ ਹੈ ਤੁਸੀਂ ਦੇਖ ਸਕੋਗੇ 2005 ਵਾਲੇ ਮਾਡਲਾਂ ਦੇ ਵਿੱਚ ਲੱਗਾ ਹੁੰਦਾ ਹੈ ਇਸ ਦੇ ਵਿੱਚ ਨਹੀਂ ਹੈਗਾ ਇਸ ਦੀ ਜਿਹੜੀ ਕ੍ਰੈਂਕ ਹੈਗੀ ਆ ਉਹ ਹੈਵੀ weight ਵਾਲੀ ਹੈ ਸੋ ਗੱਲ ਕਰੀਏ ਬਾਈਕ ਦੀ ਤਾਂ ਪੇਂਟ ਜੌਬ ਹੋਇਆ ਕੰਪਲੀਟ ਇਸ ਦਾ ਜਿਹੜਾ ਇੰਜਨ ਰੀਬਿਲਟ ਹੋਇਆ ਤੇ ਡਿਟੇਲਿੰਗ ਦਾ ਇਸ ਦੇ ਵਿੱਚ ਇੰਜਨ ਦੀ ਪੂਰਾ ਖਾਸ ਧਿਆਨ ਰੱਖਿਆ ਗਿਆ ਕਿਤੇ ਵੀ ਕੋਈ ਵੀ ਬੰਦਾ ਜੱਜ ਨਹੀਂ ਕਰ ਸਕਦਾ ਵੀ ਹਾਂ ਵੀ ਇੰਜਨ ਓਪਨ ਹੋਇਆ ਹੈ ਜਾਂ ਨਹੀਂ ਹੋਇਆ ਇੰਨੀ ਇਸ ਦੀ ਬਰੀਕੀ ਨਾਲ ਆਪਾਂ ਜਿਹੜੀ ਡਿਟੇਲਿੰਗ ਕੀਤੀ ਹੈ ਤੇ ਰੈਡੀ ਜਿਹੜਾ ਹੋਇਆ ਹੈ ਬਾਈਕ 1 ਐਂਡ ਓਨਲੀ ਗੁਰਪ੍ਰੀਤ ਕਸਟਮਸ ਦੇ ਹਾਂਜੀ ਭਾਈ ਕੀ ਹਾਲ ਚਾਲ ਸਾਰਿਆਂ ਦਾ ਪਾਜੀ ਗੱਡੀ ਦੀ ਗੱਲ ਕਰੀਏ ਤਾਂ ਸਾਰਿਆਂ ਨੇ ਕਹਿਣਾ ਮੇਰੇ ਵੀਵਰਸ ਨੇ ਫਰੈਂਡਸ ਨੇ ਕਿ ਇੱਕੋ ਜਿਹੀਆਂ ਗੱਲਾਂ ਰਿਪੀਟ ਕਰਦੇ ਰਹਿੰਦੇ ਕਿ ਜੋ ਸਾਰਿਆਂ ਚ ਹੁੰਦਾ ਉਹੀ ਇੱਥੇ ਹੁੰਦਾ ਪਾਜੀ ਸਭ ਗੱਡੀਆਂ ਵੱਖ-ਵੱਖਰਾ ਹੁੰਦਾ ਇਹ ਚ ਖਾਸੀਅਤ ਕੀ ਹੈ ਉਹ ਤੁਹਾਨੂੰ ਮੈਂ ਦੱਸਦਾ ਹਾਂ ਸਟਾਰਟਿੰਗ ਦੇ ਵਿੱਚੋਂ ਪਾਜੀ ਦੇਖਣੋ ਕਿਸੇ ਸਟੈਂਡਰਡ ਹੀ ਹੈ ਫਰੰਟ ਤੋਂ ਠੀਕ ਹੈ ਜੀ ਬਟ ਜਿਹੜੀ ਇਹਦੇ ਸ਼ੌਕਰਸ ਚੈੱਕ ਕਰੋਗੇ ਇਹ ਯੂਸੀ ਮਾਡਲ ਦੇ ਸ਼ੌਕਰ ਪਾਏ ਆ ਠੀਕ ਹੈ ਜੀ सਸਪੈਂਸ਼ਨ ਕੰਫਰਟ ਕਰਕੇ ਕਿਉਂਕਿ ਤੁਹਾਨੂੰ ਪਤਾ ਜਿਹੜੇ 올ਡ ਬੁਲਟ ਸੀਗੇ ਉਹਦੇ ਇਹਨਾਂ ਸ਼ੌਕਰ ਕਾਮਯਾਬ ਨਹੀਂ ਸੀਗੇ ਕਿਉਂਕਿ ਟੋਇੰ ਟੱਪਿਆਂ ਦੇ ਵਿੱਚ ਗੱਡੀ ਟੱਪਦੀ ਬਹੁਤ ਸੀਗੀ ਸੋ ਇਹਦੇ ਜਿਹੜੇ ਪਏ ਸ਼ੌਕਰ ਆ ਇਹ ਯੂਸੀ ਮਾਡਲ ਨਵੇਂ ਦੇ ਪਾਏ ਆ 5 ਸਪੀਡ ਵਾਲੇ ਦੇ ਸਿੱਧੇ ਗੇਰਾਂ ਵਾਲੇ ਬੁਲਟ ਦੇ ਸ਼ੌਕਰ ਪਾਏ ਆ ਠੀਕ ਹੈ ਜੀ ਅਸੀਂ ਉੱਪਰ ਚੈੱਕ ਕਰ ਸਕਦੇ ਹਾਂ ਭਾਜੀ ਐਲਕੀ ਬੋਲਟ ਵਾਲੇ ਜਿਹਨੂੰ ਅਸੀਂ ਆਪ ਕਹ ਦਿੰਨੇ ਆ ਐਲਕੀ ਬੋਲਟ ਵਾਲੇ ਸ਼ੌਕਰ ਪਏ ਆ ਸੋ ਉਹਦੇ ਲਈ ਇਹਦੇ ਸ਼ੌਕਰ ਚੇਂਜ ਹੋਏ ਭਾਜੀ ਫਰੰਟ ਤੋਂ ਨਵੇਂ ਪਾਇ ਨਵੇਂ ਪੇਰ ਰਾਇਲ ਫੀਲਡ ਦੇ ਤੇ ਦਾ ਮੱਥਾ ਲਾਈਟ ਹੈ ਜਿਹਨੂੰ ਆਪ ਕਹਿ ਦਿੰਦੇ ਆ ਇਹ ਯੂਸੀ ਮਾਡਲ ਦਾ ਪਿਆ ਆ ਆ ਪੂਰੇ ਦਾ ਪੂਰਾ ਹਾਂਜੀ ਹਾਂਜੀ ਭਾਈ ਪੂਰਾ ਕੰਪਲੀਟ ਚੇਂਜ ਹੋਇਆ ਇਹ ਕਿਉਂਕਿ ਐਲਕੀ ਬੋਲਟ ਵਾਲਾ ਸ਼ੌਕਰ ਆ ਸੋ ਇਹਦੇ ਲਈ ਜਿਹੜਾ ਦਾ ਮੂੰਹ ਹੁੰਦਾ ਉਹ ਫਰੀ ਹੁੰਦਾ ਆ ਨਹੀਂ ਤਾਂ ਜਿਹੜਾ 올ਡ ਬੁਲੇਟ ਆਂਦਾ ਉਹਦੇ ਇੱਥੇ ਸ਼ੌਕਰਾਂ ਵਿੱਚ ਚੂੜੀਆਂ ਹੁੰਦੀਆਂ ਆ ਸੋ ਚੂੜੀਆਂ ਦੇ ਨਾਲ ਖੁੱਲਦੇ ਬਟੇ ਇਜ਼ੀਲੀ ਓਪਨ ਅੰਦਰ ਬਾਹਰ ਹੋ ਜਾਂਦੇ ਆ ਨਟ ਖੋਲ ਕੇ ਕੋ ਪਾਣ ਦੇ ਨਾਲ ਸਸਪੈਂਸ਼ਨ ਜਿਹੜੀ ਹੈਗੀ ਆ ਉਹ ਪੂਰੀ ਸੌਫਟ ਹੋ ਗਈ ਆ ਤੁਸੀਂ ਦੇਖੋਗੇ ਇਹਦੀ ਖੜੇ ਤੇ ਹੀ ਹੈ ਪੂਰੀ ਜਿਹੜੀ सस्पेंशन ਦਾ ਪਤਾ ਲੱਗਦਾ ਨਰਮ ਦਾ ਨਹੀਂ ਤਾਂ ਜਿਹੜੀ ਪੁਰਾਣੀ ਵਾਲੀ ਹੁੰਦੀ ਸੀ ਉਹਦੇ ਵਿੱਚ ਦਿੱਕਤ ਰਹਿੰਦੀ ਸੀ ਕਿ ਸਸਪेंशन ਕਾਫੀ ਜ਼ਿਆਦਾ ਹਾਰਡ ਹੈ ਹਾਰਡ ਨੇ ਬਾਕੀ ਬਜੀ ਇਹਦੇ ਨਾਲ ਗੱਡੀ ਨੂੰ ਚੱਲੂਗੀ ਚੱਲ ਕੇ ਥੋੜੀ ਸਪ੍ਰਿੰਗ ਵਗੈਰਾ ਆਇਲ ਪੰਪ ਵਗੈਰਾ ਨਵੇਂ ਪਾਏ ਆ ਸੋ ਚੱਲ ਚੱਲ ਕੇ ਗੱਡੀ ਹੋਰ ਰਮਾਂ ਹੋ ਜਾਣੀ ਆ ਸੋ ਉਸ ਤੋਂ ਬਾਅਦ ਬਜੀ ਇਹ ਗੱਡੀ ਵਿੱਚ ਪੇਂਟ ਦਾ ਕੰਮ ਹੋ ਗਿਆ ਸੋ ਪੇਂਟ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਇੱਕ ਵਾਰ ਭਾਜੀ ਪੇਂਟ ਦਾ ਕੰਮ ਹੋ ਗਿਆ ਸਾਰਾ ਚਲੋ ਆਪਾਂ ਰਾਤ ਨੂੰ ਵੀਡੀਓ ਬਣਾ ਰਹੇ ਹਾਂ ਚਲੋ ਦਿਨ ਵੇਲੇ ਨਹੀਂ ਪਤਾ ਲੱਗਾ ਅਸੀਂ ਚੈੱਕ ਕਰ ਸਕਦੇ ਹਾਂ ਪੂਰਾ ਮਿਰਰ ਇਫੈਕਟ ਬਣਦਾ ਪਿਆ ਪੇਂਟ ਦੇ ਵਿੱਚ ਕਿਉਂਕਿ ਭਾਜੀ ਇਸ ਵੇਲੇ ਜਿਹੜਾ ਕਲਰ ਹੋ ਰਿਹਾ ਗੱਡੀ ਨੂੰ ਪੂਰਾ ਪ੍ਰੀਮੀਅਮ ਕੁਆਲਿਟੀ ਦਾ ਮਾਲ ਯੂਜ਼ ਮਤਲਬ ਮਾਲ ਕਹਦੀਏ ਪ੍ਰੋਡਕਟ ਕਹਦੀਏ ਯੂਜ਼ ਕਰਦੇ ਪੀ ਆ ਤੇ ਸੋ ਇਹਦੇ ਵਿੱਚ ਭਾਜੀ ਹੋਰ ਸੀਟ ਹੋ ਗਈ ਇਹ ਵੀ origignal ਪਈ ਆ royal field ਦੀ ਚੈੱਕ ਕਰਦੇ ਭਾਈ ਦੀ ਸਪੈਸ਼ਲ ਡਿਮਾਂਡ ਸੀ r ਵਾਲੀ ਹੀ ਪਾਣੀ ਆ ਜਿਹੜੀ ਲੇਟੈਸਟ ਮਾਡਲ ਨੂੰ ਆਂਦੀ ਆ ਠੀਕ ਆ ਜੀ ਉਸ ਤੋਂ ਬਾਅਦ ਭਾਜੀ ਵੀਲ ਟਾਇਰ ਪੁਰਾਣੇ ਰੱਖੇ ਆ ਪਿਛਲੇ ਸ਼ੌਕ ਕਰ ਵੀ ਪੁਰਾਣੀ ਨਹੀਂ ਆ ਬਟ ਉਹ ਕਲਰ ਕਰ ਦਿੱਤੇ ਆ ਗੱਡੀ ਪੂਰੀ ਪੇਂਟ ਹੋਈ ਆ ਰੀਲ ਪੇਂਟ ਕੀਤੇ ਆ ਨਹੀਂ ਨਹੀਂ ਭਾਜੀ origignal ਹੀ ਆ ਜਿਦਾ as original ਆਂਦੇ ਹੀ ਆ ਉਦਾਂ ਹੀ ਰੱਖਿਓ ਆ ਉਹੀ ਪਾਲਿਸ਼ ਕਰ ਦਿੱਤੇ ਆ ਸੋ ਇੱਥੇ ਇੱਕ ਵਾਰੀ ਤੁਸੀਂ ਆਹ ਦੇਖੋ ਵੇ ਇੱਥੋਂ ਦੀ ਕਿੰਨੀ ਜ਼ਿਆਦਾ ਇਸ ਦੀ ਜਿਹੜੀ ਡੀਪ ਡਿਟੇਲਿੰਗ ਐ ਕੋਈ ਪੇਂਟ ਵਾਧੂ ਉਸਤੇ ਨਹੀਂ ਲੱਗਾ ਨਟ ਬੋਲਟ ਤੇ ਕੋਈ ਹੈ ਮਤਲਬ ਵਾਧੂ ਪੇਂਟ ਓਵਰਫਲੋ ਨਹੀਂ ਹੋਇਆ ਵੇ ਦਾਣੇ ਜੇ ਬਣ ਗਏ ਐਨ ਪ੍ਰੋਪਰ ਜਿੱਦਾ ਹੁੰਦਾ origignal as to ਮਤਲਬ as a company fit ਲੱਗਦਾ ਆ ਚੈੱਕ ਕਰੋ ਭਾਜੀ ਆ ਦੇਖ ਲਓ ਪੂਰੀ ਮਾਰਕਿੰਗ ਪੂਰੀ ਲਾਈਨਿੰਗ ਪ੍ਰੋਪਰ ਐ ਇਹੇ ਠੀਕ ਹੈ ਜਿੱਦਾਂ ਆਂਦੀ ਸੀ ਜੈਨੂਨ ਠੀਕ ਹੈ ਜੀ ਉਸ ਤੋਂ ਬਾਅਦ ਭਾਜੀ ਕਾਰਬੂਰੇਟਰ ਹੋ ਗਿਆ ਇਹ ਵੀ ਨਵਾਂ ਪਾਇਆ ਇਹਦੇ ਵਿੱਚ ਐਕਸੈਸਰੀਜ਼ ਦੀ ਗੱਲ ਕਰੀ ਬਈ ਸਾਰੀ ਨਵੀਂ ਚੜੀ ਗੱਡੀ 'ਚ ਸੀਟ ਆ ਇੱਕ ਵਾਰੀ ਡਿਟੇਲਿੰਗ ਦੇਖ ਲਓ ਭਾਜੀ ਇਹ ਇਹਦੇ ਵਿੱਚ ਜਿਹੜਾ ਇੰਜਨ ਆ ਉਹ ਵੀ ਇਹਦਾ ਓਵਰ ਆਲ ਤਾਂ ਨਹੀਂ ਹਾ ਦੀ ਕਿੱਟ ਪਾਈ ਆ ਕਿਉਂਕਿ ਭਾਜੀ ਉਹਨਾਂ ਨੇ ਪਹਿਲਾਂ ਕੰਮ ਕਰਾਇਆ ਸੀ ਗੱਡੀ ਦਾ ਕ੍ਰੈਂਕ ਸਹੀ ਸੀਗੀ ਕਨੈਕਟਿੰਗ ਰਾਡ ਵੀ ਸਹੀ ਸੀਗੀ ਪਿੰਨ ਵਗੈਰਾ ਸਹੀ ਸੀ ਸੋ ਇਹਦੀ ਕਿੱਟ ਪਾਈ ਆ ਪਹਿਲਾਂ ਕਿੱਟ ਇਹਦੇ ਵਿੱਚ ਪਿਆ ਸੀ ਆਪਣੇ ਹਾਂ 50 ਨੰਬਰ ਦਾ ਪਿਸਟਨ ਪਿਆ ਸੀਗਾ ਭਾਜੀ ਤੇ ਹੁਣ ਮੈਂ ਇਹਦੇ ਵਿੱਚ 0 ਨੰਬਰ ਸਟੈਂਡਰਡ ਸਾਈਜ਼ ਪੰਜ ਰਿੰਗਾਂ ਵਾਲੀ ਕਿੱਟ ਪਾਈ ਆ ਹਾਂ ਜੀ ਜੀ ਭਾਜੀ ਕਿੰਨੀਆਂ ਦੋ ਆਂਦੀਆਂ ਤਿੰਨ ਰਿੰਗਾਂ ਵਾਲੀ ਤੇ ਪੰਜ ਰਿੰਗਾਂ ਵਾਲੀ ਫਰਕ ਭਾਈ ਫਰਕ ਕੋਈ ਖਾਸ ਫਰਕ ਨਹੀਂ ਹੈਗਾ ਫਿਟਿੰਗ ਦਾ ਫਰਕ ਪੈਂਦਾ ਪਿਕਅਪ ਬਗ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਬਟ ਹੁਣ ਜੇ ਆਪਾਂ ਗੱਲ ਕਰੀਏ ਲੇਟੈਸਟ ਐਂਡਲੇ ਮਾਡਲ ਸੀ ਉਹ ਵੀ ਪੰਜ ਰਿੰਗਾਂ ਵਾਲੀ ਹੀ ਆਉਂਦੀ ਸੀ ਕਿੱਟ ਸੋ ਇਹਦੇ ਵਿੱਚ ਪੰਜ ਰਿੰਗਾਂ ਵਾਲੀ ਕਿੱਟ ਪਾਈ ਆ ਤੁਸੀਂ ਭਾਈ ਹੈਡ ਚੈੱਕ ਕਰਾ ਸਕਦੇ ਆ ਇਹਦੇ ਤੇ ਕੋਈ ਪੇਂਟ ਨਹੀਂ ਬੱਜਿਆ ਕੋਈ ਕੁਛ ਨਹੀਂ ਜੈਨੂਨ オリジナル ਹੀ ਹੈ ਸਾਰਾ ਇਹ ਐਸ ਇਟ ਇਜ਼ ਇਹ ਮੈਂ ਵਾਸ਼ ਕੀਤਾ ਭਾਈ ਕੈਮੀਕਲ ਨਾਲ ਵਾਸ਼ਿੰਗ ਕਰਤੀ ਹੈ ਪ੍ਰੋਪਰ オリジナル ਹੀ ਨਿਕਲੇ ਤੇ ਕੋਈ ਰੰਗ ਨਹੀਂ ਬੱਜਿਆ ਕੋਈ ਕੁਛ ਨਹੀਂ ਬਫਿੰਗ ਭਾਈ ਬਫਿੰਗ ਕਰ ਦਿੱਤੀ ਹੈ ਜੀ ਬਸ ਮੀ ਕਰਕੇ ਥੋੜਾ ਹੋ ਗਿਆ ਗੰਦਾ ਇੱਕ ਵਾਰੀ ਫੇਰ ਪਾਲਿ ਤੇ ਰੂਟਸ ਲੱਗੇ ਪਾਜੀ ਨਹੋਰਨ ਰਵੜਾ ਕੀ ਦੀ ਡਿਮਾਂਡ ਸੀ ਇਹ ਲਾਂਦੀ ਇੱਕ ਵਾਜੀ ਕਸਟਮਰ ਦੀ ਪਹਿਲੀ ਲੱਗਿਓ ਸੀਗੀ ਪਿੱਤਲ ਦਾ ਇੱਥੇ ਰਾਇਲ ਰਾਇਲ ਦਾ ਬੈਜ ਪਲੇਟ ਟੈਪ ਟੈਪ ਪਲੇਟ ਤੇ ਉਧਰ ਪੁਆਇੰਟ ਕਵਰ ਪਿੱਤਲ ਦਾ ਪਿਆ ਆ ਦੋਸਤੋ ਅਸੀਂ ਚੈੱਕ ਕਰ ਦਈਏ ਪਾਜੀ ਕਿੱਕ ਵਗੈਰਾ ਇਹ ਵੀ ਨਵੀਂ ਪਾਈ ਆ ਕਿਉਂਕਿ ਕਿੱਕ ਵਿੱਚ ਪਲੇ ਬਹੁਤ ਸੀਗੀ ਇਹ ਵੀ ਨਵੀਂ ਪਾਈ ਆ ਤੇ ਭਾਈ ਉਸ ਤੋਂ ਇਨੀ ਕਿਨੀ ਕਿ ਅਸੈਸਰੀਆਂ ਪਾਈਪਾਂ ਹੋ ਗਈਆਂ ਕਾਰਬੂਟਰ ਦੇ ਰਬੜਾ ਹੋ ਗਈਆਂ ਠੀਕ ਹੈ ਜੀ ਹੋਰ ਆ ਮੱਥੇ ਦੀਆਂ ਗਰਮਟ ਦੀਆਂ ਰਬੜਾ ਹੋ ਗਈਆਂ ਲਾਕ ਸੈਟ ਵਾਇਰਿੰਗ ਫੁੱਟ ਰੈਸਟਰ ਰਬੜਾ ਬੈਕ ਫੁੱਟ ਰੈਸਟਰ 에ਅਰ ਫਿਲਟਰ ਆਇਲ ਫਿਲਟਰ ਭਾਈ ਸਲੈਂਸਰ ਪੁਰਾਣੇ ਆ ਜੀ ਉਹੀ ਨਿਕਲ ਕੀਤੇ ਆ ਨਿਕਲ ਕੀਤੇ ਨੇ ਹਾਂ ਹਾਂ ਭਾਈ ਨਿਕਲ ਹੋਇਆ ਸਲੈਂਸਰ ਬੈਂਡ ਹੋ ਗਿਆ ਨਿਕਲ ਕਾਮਯਾਬ ਹੈ ਹਾਂਜੀ ਭਾਈ ਜੇ ਸਾਡਾ ਡੀ ਕੇਅਰ ਹੈਗੀ ਆ ਤਾਂ ਕਾਮਯਾਬ ਹੈ ਜੇ ਤੁਸੀਂ ਕਹੋਗੇ ਇਹਨੂੰ ਧੋ ਕੇ ਗਿੱਲਾ ਕਰਕੇ ਖੜਾ ਕਰ ਦਿੱਤਾ ਫੇ ਕੋਈ ਇਹਦੇ ਵਿੱਚ ਭਾਈ ਭਾਵੇਂ ਅਸੀਂ ਨਵਾਂ ਹੀ ਕਰਤਾ ਉਹ ਨਹੀਂ ਲੈ ਕੇ ਆਏ ਹੈਗੇ ਜੰਗ ਫੜਦਾ ਹੀ ਫੜਦਾ ਇਹਨੂੰ ਵਾਸ਼ ਕਰ ਕੀਤਾ ਵਾਸ਼ ਕਰਨ ਤੋਂ ਬਾਅਦ ਕੱਪੜਾ ਮਾਰ ਦਿਓ ਮੀਂਹ ਪੈ ਗਿਆ ਕਿ ਹਫਤੇ ਬਾਅਦ 10 ਦਿਨਾਂ ਬਾਅਦ ਮੀਂਹ ਉਹਦੇ ਬਰਸਾਤਾਂ ਆ ਗਈਆਂ ਨਹੀਂ ਆ ਉਹਦੇ ਲਈ ਗਾਈਡ ਗਾਈਡ ਮਤਲਬ ਇਹ ਪੁਆਇੰਟ ਆ ਜਾਂਦਾ ਜਦੋਂ ਬਰਸਾਤਾਂ ਵਿੱਚ ਮੋਟਰਸਾਈਕਲ ਲੈ ਕੇ ਘੁੰਮਦੇ ਆ ਉਹਨੂੰ 3-4-5 ਦਿਨਾਂ ਬਾਅਦ ਹਫਤੇ ਬਾਅਦ ਵਾਸ਼ ਕਰਵਾ ਦਿਆ ਕਰੋ ਕਿਉਂਕਿ ਭਾਈ ਜਿੰਨੀ ਮਿੱਟੀ ਤੇ ਚਿੱਕੜ ਤੇ ਲੱਗੂਗਾ ਉਹਨਾਂ ਰਸਤੇ ਦੇ ਇਸ਼ੂਜ਼ ਗਲੰਦੇ ਇਸ਼ੂਜ਼ ਜ਼ਿਆਦਾ ਆਉਂਦੇ ਆ ਬਾਕੀ ਭਾਜੀ ਸਾਰਾ ਸੇਮ ਹੈ ਐਸ ਜਿਹਦਾ ਬਾਕੀ ਗੱਡੀ ਚ ਹੁੰਦਾ ਹੈ ਜੋਕ ਸੈਟ ਲੀਵਰ ਸੈਟ ਹੈਂਡਲ ਕਸਟਮਰ ਦਾ ਪਹਿਲਾ ਹੀ ਸੀਗਾ ਸਪਰੈਂਡਰ ਵਾਲਾ ਉਹੀ ਪਾਇਆ ਹੈ ਠੀਕ ਹੈ ਜੀ ਲੌਕ ਸੈਟ ਵਗੈਰਾ ਚੈੱਕ ਅਸਲੀ ਹੋ ਗਿਆ ਸਾਰਾ ਮੀਟਰ ਐਂਪੀਅਰ ਮੀਟਰ ਹੈਂਡਲ ਜਿੰਨੀ ਸੈਸਰੀ ਸਾਰੀ ਨਮੀਆਂ ਭਾਜੀ ਪਾਈਪਾਂ ਹੋ ਗਈਆਂ ਬੈਂਜੋ ਪਾਈਪਾਂ ਆ ਗਈਆਂ ਜੋ ਜੋ ਭਾਜੀ ਪਾਰਟਸ ਖਰਾਬ ਹੁੰਦੇ ਗੱਡੀ ਚ ਨਵੇਂ ਪਾ ਦਿੱਤੇ ਚੇਨ ਸੈਟ ਨਵਾਂ ਪਿਆ ਭਾਜੀ ਇਹਦਾ ਫੁੱਲ ਕਿਹੜੀ ਕੰਪਨੀ ਦਾ ਆਪਣੇ ਭਾਈ ਡਾਇਮੰਡ ਦਾ ਪਿਆ ਪਰ ਪੈਕਿੰਗ ਰਾਇਲ ਫੀਲਡ ਦੀ ਹੈ ਨਾ ਪਤਾ ਜੀ ਵਿੱਚੋਂ ਕੀ ਨਿਕਲਦਾ ਬਾਹਰ ਕੀ ਹੁੰਦਾ ਆ ਆ ਨੰਬਰ ਬਲੇਡ ਪਾ ਜੀ ਨੇ ਚੋਇਸ ਸੀਗੀ ਕਿ ਛੋਟੀ ਪਾਣੀ ਨੋਜ਼ ਦੀ ਛੋਟੀ ਹੈ ਸਭ ਤੋਂ ਛੋਟੀ ਨੋਜ਼ ਵਾਲਾ ਪਾਇਆ ਇਹ ਕਿਸ ਤੋਂ ਛੋਟਾ ਵੀ ਆਉਂਦਾ ਸੀ ਕੋ ਇੰਨਾ ਆਉਂਦਾ ਸੀ ਪੁਰਾਣਿਆਂ ਨੂੰ ਬਟ ਤੁਹਾਨੂੰ ਮਿਲਦਾ ਨਹੀਂ ਹੈਗਾ ਇਹ ਸਭ ਤੋਂ ਛੋਟਾ ਨੋਜ਼ ਹੈ ਇਸ ਤੋਂ ਲੰਬੇ ਨੋਜ਼ ਮਿਲ ਜੂਗੇ ਜੇ ਲੈਣਾ ਤਾਂ ਉਹ ਵੀ ਅਵੇਲੇਬਲ ਕਰਾ ਦਾਂਗੇ ਸਪੈਸ਼ਲ ਡਿਮਾਂਡ ਤੇ ਹਾਂ ਮਿਲ ਜੂਗਾ ਪਰ ਭਾਈ ਉਸ ਲਈ ਮੱਥਾ ਖਪਾਈ ਕਰ ਲੋ ਸਿਰ ਖਪਾਈ ਉਹ ਕਰਨੀ ਉਹ ਤਾਂ ਹੈਗਾ ਭਾਈ ਕਿ ਜਿਹੜੀ ਚੀਜ਼ ਨਹੀਂ ਅਵੇਲੇਬਲ ਮਾਰਕੀਟ 'ਚ ਹੈਗੀ ਉਹਦਾ ਰੇਟ ਤਾਂ ਓਬਵੀਅਸਲੀ ਜ਼ਿਆਦਾ ਹੋਣਾ ਹੀ ਆ ਸੋ ਕਿਹੋ ਜਿਹੀ ਲੱਗੀ ਹੈ ਰੀਸਟੋਰੇਸ਼ਨ ਪਲੀਜ਼ ਕਮੈਂਟ ਕਰਕੇ ਦੱਸੋ ਪ੍ਰਾਈਸ ਦੀ ਗੱਲ ਕਰੀ ਪਾਜੀ ਉਹੀ ਆਈਡੀਆ ਲਾ ਕੇ ਚੱਲੋ 40 45 50 ਇੱਥੇ ਤੱਕ ਖਰਚਾ ਆ ਜਾਂਦਾ 55 ਵੀ ਗੱਡੀ ਦਾ ਸਪੈਸੀਫਿਕ ਪਾਜੀ ਇਹਦਾ 55k 50 55k ਯਾਰ ਕਿਉਂਕਿ ਇੰਜਨ ਵੀ ਕੀਤਾ ਪਾਜੀ ਇੰਜਨ ਕੀਤਾ ਸ਼ੌਕਰ ਪੂਰੇ ਕੰਪਲੀਟ ਨਵੇਂ ਪਾਏ ਸ਼ੌਕਰ ਸਿੱਧੇ ਪਹਿਲਾਂ ਤੁਹਾਨੂੰ ਦੱਸ ਦਿੰ ਗਿਆ 6000 ਦੇ ਸ਼ੌਕਰ ਆ 65000 ਦੇ ਬਈ ਸ਼ੌਕਰ ਹੋ ਗਏ ਆ ਫਿਰ ਠੀਕ ਹੈ ਜੀ ਉਸ ਤੋਂ ਰਿਫਲੈਕਟਰ ਆ ਗਏ ਹੁਣ ਇਹ ਵੀ origignal ਲੱਗਿਓ ਆ ਠੀਕ ਹੈ ਜੀ ਉਸ ਤੋਂ ਮੱਥਾ ਆ ਗਿਆ ਰਿਫਲੈਕਟਰ ਆ ਗਿਆ ਚੇਨ ਸੈਟ ਆ ਗਿਆ ਇਹ ਮੋਟੀਆਂ-ਮੋਟੀਆਂ ਆਈਟਮਾਂ ਜਿਹੜੀਆਂ ਮਹਿੰਗੀਆਂ ਆਉਂਦੀਆਂ ਆ ਸੋ ਇਹ ਤਾਂ ਪਾਜੀ ਬਜਟ ਵਗੈ ਇਹ ਉਹਦੀ ਰੀਸਟੋਰੇਸ਼ਨ ਹੋਈ ਹੈ ਬਾਈਕ ਦੀ 사ਉਂਡ ਹੋਣ ਨਹੀਂ ਸੁਣਾਵਾਂਗੇ ਕਿਉਂਕਿ ਹਨੇਰਾ ਹੋ ਗਿਆ ਹੈ ਕਾਫੀ ਤੇ ਤੁਸੀਂ ਦੇਖ ਲਿਓ ਇੰਸਟਾਗ੍ਰਾਮ ਤੇ ਇਹਨੂੰ ਗੁਰਪ੍ਰੀਤ ਨੂੰ ਫੋਲੋ ਕਰ ਲਓ ਗੁਰਪ੍ਰੀਤ ਅੰਡਰਸਕੋਰ ਕਸਟਮ ਬਾਕੀ ਡਿਸਕ੍ਰਿਪਸ਼ਨ ਚ ਮੈਂ ਨੰਬਰ ਤਾਂ ਇਹਨਾਂ ਦਾ ਤੁਹਾਨੂੰ ਦੇ ਹੀ ਦੇਣਾ ਵੀਡੀਓ ਤੇ ਵੀ ਮੈਂਸ਼ਨ ਹੰਦਣਾ ਕੁਐਰੀ ਹੋਵੇ ਕੋਈ ਵੀ ਡੀਐਮ ਕਰੋ ਇਹਨਾਂ ਨੂੰ ਬੇਝਜਗ ਤੇ ਹਾਂ ਕਈ ਵਾਰੀ ਮੈਨੂੰ ਵੀ ਕਿਹਾ ਫੋਨ ਆ ਜਾਂਦੇ ਵੀ ਭਾਈ ਫੋਨ ਨਹੀਂ ਚੱਕਦੇ ਤੁਸੀਂ ਮੈਸੇਜ ਕਰ ਦਿਓ ਮੈਸੇਜ ਦਾ ਤੁਹਾਨੂੰ ਰਿਪਲਾਈ ਆ ਜਾਊਗਾ ਇੱਕ ਨਹੀਂ ਤਾਂ ਦੂਜੇ ਦਿਨ ਤਾਂ ਤੁਹਾਨੂੰ ਪੱਕਾ ਆ ਹੀ ਜਾਊਗਾ ਕਿਉਂਕਿ ਸ਼ਡਿਊਲ ਬਿਜ਼ੀ ਹੁੰਦਾ ਹੈ ਕੱਲਾ ਬੰਦਾ ਹੈਗਾ ਸਾਰਾ ਕੰਮ ਵੀ ਦੇਖਣਾ ਆ ਹਾਂ ਹੋਰ ਵੀ ਕੁਝ ਦੇਖਣਾ ਲੈ ਕੇ ਵੀ ਮੈਂ ਆਇਆ ਸੀਗਾ ਤਿਆਰ ਵੀ ਹੋ ਗਈ ਆ ਡਿਲੀਵਰ ਵੀ ਕਰਨ ਜਾਣਾ ਹੁਣ ਡਿਲੀਵਰ ਗੱਡੀ ਕੰਨ ਜਾਣੀ ਇੱਕ ਦਿਹਾੜੀ ਖਰਾਬ ਆ ਆਪਣੀ ਇੱਕ ਦਿਹਾੜੀ ਕੰਮ ਨਹੀਂ ਹੋਣਾ ਕਿ ਆਣ ਜਾਣ ਵਿੱਚ ਦੇ ਕੇ ਗੱਡੀ ਖਰਾਬ ਹੋ ਜਾਂਦਾ ਸੋ ਇਸ ਕਰਕੇ ਥੋੜਾ ਬਦਦਾ ਟਾਈਮ ਦਾ ਕੰਪਰੋਮਾਈਜ਼ ਕਰਨਾ ਪੈਂਦਾ ਭਾਈ ਕਿਉਂਕਿ ਕੁਆਲਿਟੀ ਚ ਉਹਨੇ ਚੀਜ਼ ਚ ਉਹਨੇ ਤਾਂ ਕੰਪਰੋਮਾਈਜ਼ ਤਾਂ ਕਰਨਾ ਪੈਂਦਾ ਆ ਸੋ ਤੁਸੀਂ ਮੈਸੇਜ ਕਰਦਿਆ ਕਰੋ ਇੰਸਟਾਗ੍ਰam ਤੇ ਤਾਂ ਤੁਹਾਨੂੰ ਰਿਪਲਾਈ ਆ ਜਾਊਗਾ ਬਾਕੀ ਜੇ ਸਾਡਾ ਕੰਟੈਂਟ ਵਧੀਆ ਲੱਗਦਾ ਤਾਂ ਮੈਨੂੰ ਫੋਲੋ ਕਰ ਲਓ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬੈ ਇਹੋ ਜਿਹੀਆਂ ਵੀਡੀਓ ਲੈ ਕੇ ਆਂਦੇ ਰਵਾਂਗੇ ਮਿਲਦੇ ਆ ਨਵੀਂ ਵੀਡੀਓ ਨਾਲ ਕਿਤੇ ਹੋਰ ਚੰਗਾ ਜੀ ਸਤਿ ਸ਼੍ਰੀ ਅਕਾਲ